पिछले कुछ सालों के पंजाब बारे बहुत सारिया गल् हुई जिमें कि नशे बारे गन कल्चर बारे पर पानी की समस्या जी कि आने वाले 20-30 सालों के पंजाब की एक बहुत बड़ी समस्या बन जा रही है। इस बारे कोई भी गल नहीं कर रहा। पिछले 10-20 सालों के पानी की समस्या बहुत चर्चा के रही, इस बहुत कुछ लिखा गया, बहुत कुछ बोलिया गया, पर प्रैक्टिकली इस बारे कुछ भी नहीं किया गया। पंजाब की समस्या से गल कर तो पहले आप पूरे इंडिया का देख लें कि उसका की हाल है, क्योंकि पूरी दुनिया की 17% आबादी इकले इंडिया के रही है, पर जेकर आप इंडिया के धरती हेठले पानी की गल करिए तो वह इतने सिर्फ 4% है। इस तो एक होर वड्डी डरावनी गल यह है कि असी पूरी दुनिया के सब तो ज्यादा धरती के थल्यों पानी कढ़ते हाँ, तो असी इंडिया वाले जिहड़ा धरती के थल्यों पानी कढ़ते हाँ उसका 80% हिस्सा तो कला सिंचाई के वरत दिने। इस तो बाद जी इंडिया के समस्या है वह है रीचार्ज रेट। रीचार्ज रेट उसको कहा जाता है कि असी कि पानी धरती के थल्यों कढ़ते हाँ, कि पानी वापस बारिश के रूप के धरती के थले जाता है। रीचार्ज रेट उस जगह ज्यादा होंदा है जिथे धरती के थल्यों पानी का घट कढ़िया जाता है, पर धरती के पानी जाता है उत्थे हौली हौली पानी का लैवल जाने के धरती के पानी का लैवल वधन लग जाता है, पर पंजाब के अजिहा नहीं है। पंजाब के जेकर असी 1.5 लीटर पानी कढ़ते हाँ तो उसका सिर्फ 1 लीटर पानी ही धरती के थले जाता है। तो यह एक बहुत बड़ी समस्या है जिड़ी कि पंजाब नूं अगे हनेरे वल लैके जा रही है। इस करके ही पंजाब दे विच ज्यादातर इलाकों के धरती का हेठला पानी थले नूं घटता जा रहा है, जाने के पानी का पद्धर घटता जा रहा है, पर अजिहा भी नहीं है। पंजाब दे विच कुछ इलाके अजिहे भी ने जिथे पानी का पद्धर वध रहा है, पर पंजाब दे विच जिथे धरती के थले पानी का पद्धर वध रहा है वह पानी बिल्कुल भी पीण योग नहीं है, जां कहीए नमकीन पानी है, वह वरतों के विच नहीं आ रहा। इस करके उत्थे धरती के थले पानी का पद्धर वधदा जा रहा है। ओवरऑल जे ਆਪਾਂ ਧਰਤੀ ਦੀ ਗੱਲ ਕਰੀਏ ਤਾਂ 3 ਮੀਟਰ ਤੋਂ ਲੈ ਕੇ 10 ਮੀਟਰ ਤੱਕ ਦੀ ਖੁਦਾਈ ਦੇ ਦੌਰਾਨ ਸਾਨੂੰ ਪਾਣੀ ਮਿਲ ਜਾਂਦਾ ਹੈ, ਪਰ ਪੰਜਾਬ ਦੇ ਵਿੱਚ ਹੁਣ ਤੁਹਾਨੂੰ ਪਾਣੀ 30 ਤੋਂ ਲੈ ਕੇ 50 ਮੀਟਰ ਦੀ ਗਹਿਰਾਈ ਤੱਕ ਜਾ ਕੇ ਮਿਲਦਾ ਹੈ, ਤੇ ਇਹ ਪਾਣੀ ਦਾ ਪੱਧਰ ਵੀ ਲਗਾਤਾਰ ਥੱਲੇ ਨੂੰ ਘਟਦਾ ਜਾ ਰਿਹਾ ਹੈ। ਇਹ ਇੱਕ ਬਹੁਤ ਜ਼ਿਆਦਾ ਭਿਆਨਕ ਸਥਿਤੀ ਹੈ। ਕਿਸਾਨਾਂ ਨੂੰ ਤਕਰੀਬਨ ਹਰ ਸਾਲ ਹੀ ਆਪਣੇ ਸਬਮਰਸੀਬਲ ਬੋਰ ਡੂੰਘੇ ਕਰਨੇ ਪੈ ਰਹੇ ਹਨ ਤੇ ਉਹਨਾਂ ਨੂੰ ਇਸ ਦੇ ਉੱਪਰ ਖਰਚਾ ਕਰਨਾ ਪੈ ਰਿਹਾ ਹੈ। ਹੁਣ ਸਵਾਲ ਤੁਹਾਡੇ ਮਨਾਂ ਦੇ ਵਿੱਚ ਇਹ ਵੀ ਆਉਂਦਾ ਹੋਵੇਗਾ ਕਿ ਇਕੱਲੀ ਪੰਜਾਬ ਦੇ ਵਿੱਚ ਇਹ ਸਮੱਸਿਆ ਸਭ ਤੋਂ ਜ਼ਿਆਦਾ ਕਿਉਂ ਆ ਰਹੀ ਹੈ। ਪੰਜਾਬ ਦੇ ਵਿੱਚ ਝੋਨੇ ਦੀ ਫਸਲ ਸਭ ਤੋਂ ਜ਼ਿਆਦਾ ਹੁੰਦੀ ਹੈ ਤੇ ਝੋਨੇ ਦੀ ਫਸਲ ਨੂੰ ਪਾਲਣ ਦੇ ਵਿੱਚ ਸਭ ਤੋਂ ਜ਼ਿਆਦਾ ਪਾਣੀ ਦਾ ਖਰਚਾ ਆਉਂਦਾ ਹੈ। ਇਸ ਕਰਕੇ ਪੰਜਾਬ ਦੇ ਵਿੱਚ ਲਗਾਤਾਰ ਝੋਨੇ ਦੀ ਫਸਲ ਦੇ ਦੌਰਾਨ ਟੂਬਲ ਜਾਂ ਕਈ ਮੋਟਰਾਂ ਚੱਲਦੀਆਂ ਰਹਿੰਦੀਆਂ ਨੇ ਤੇ ਲਗਾਤਾਰ ਮੋਟਰਾਂ ਚੱਲਣ ਦੇ ਨਾਲ ਪਾਣੀ ਧਰਤੀ ਦੇ ਥੱਲੇੋਂ ਲਗਾਤਾਰ ਬਾਹਰ ਆਉਂਦਾ ਰਹਿੰਦਾ ਹੈ, ਜਾਨੀ ਕਿ ਪੰਜਾਬ ਦੀ ਧਰਤੀ ਦੇ ਵਿੱਚੋਂ ਪਾਣੀ ਦਾ ਲੈਵਲ ਘਟਾਉਣ ਦੇ ਵਿੱਚ ਝੋਨੇ ਦਾ ਬਹੁਤ ਵੱਡਾ ਰੋਲ ਹੈ। ਪੰਜਾਬ ਦੇ ਵਿੱਚ ਅੱਜ 70% ਝੋਨੇ ਦੀ ਫਸਲ ਪੈਦਾ ਹੁੰਦੀ ਹੈ, ਜਦਕਿ ਇਹ ਅੰਕੜਾ 1980 ਦੇ ਵਿੱਚ ਸਿਰਫ 9% ਸੀ। ਅੱਜ ਪੰਜਾਬ ਦੀ 29% ਜ਼ਮੀਨ ਦੇ ਉੱਪਰ ਨਹਿਰਾਂ ਦੇ ਪਾਣੀ ਦੇ ਨਾਲ ਸਿੰਚਾਈ ਕੀਤੀ ਜਾਂਦੀ ਹੈ, ਪਰ 1980 ਦੇ ਵਿੱਚ ਪੰਜਾਬ ਦੇ ਵਿੱਚ ਨਹਿਰੀ ਪਾਣੀ ਦੀ ਵਰਤੋਂ 45% ਕੀਤੀ ਜਾਂਦੀ ਸੀ। ਅੱਜ ਪੰਜਾਬ ਦੀ 70% ਜ਼ਮੀਨ ਦੇ ਉੱਪਰ ਟਿਊਬਵੈਲ ਦੇ ਨਾਲ ਸਿੰਚਾਈ ਹੁੰਦੀ ਹੈ, ਜਦਕਿ 1980 ਦੇ ਵਿੱਚ ਪੰਜਾਬ ਦੀ ਸਿਰਫ 50% ਜ਼ਮੀਨ ਦੇ ਉੱਪਰ ਹੀ ਟਿਊਬਵੈਲ ਦੇ ਨਾਲ ਸਿੰਚਾਈ ਕੀਤੀ ਜਾਂਦੀ ਸੀ। ਜੇਕਰ ਇਸ ਤੋਂ ਹੋਰ ਪਿੱਛੇ ਚਲੇ ਜਾਈਏ ਤਾਂ 1960 ਦੇ ਵਿੱਚ ਇਹ ਸਿਰਫ 22% ਸੀ, ਜਾਣੀ ਕਿ ਕੁਝ ਕੁ ਦਹਾਕਿਆਂ ਦੇ ਵਿੱਚ ਹੀ ਪੰਜਾਬ ਦੇ ਵਿੱਚ ਟਿਊਬਵੈਲ ਦੇ ਨਾਲ ਸਿੰਚਾਈ 22% ਤੋਂ ਲੈ ਕੇ 70% ਤੱਕ ਪਹੁੰਚ ਚੁੱਕੀ ਹੈ, ਤੇ ਝੋਨੇ ਦੀ ਫਸਲ ਜਿਹੜੀ ਕਿਸੇ ਟਾਈਮ ਪੰਜਾਬ ਦੀ ਸਿਰਫ 9% ਜ਼ਮੀਨ ਦੇ ਉੱਪਰ ਉਗਾਈ ਜਾਂਦੀ ਸੀ, ਅੱਜ ਉਹ ਪੰਜਾਬ ਦੀ 70% ਜ਼ਮੀਨ ਦੇ ਉੱਪਰ ਉਗਾਈ ਜਾਂਦੀ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗ੍ਰੀਨ ਰੈਵੋਲੂਸ਼ਨ ਜਾਣੀ ਕਿ ਹਰੀ ਕ੍ਰਾਂਤੀ ਬਾਰੇ। 1960 ਦੇ ਵਿੱਚ ਜੇਕਰ ਤੁਸੀਂ ਭਾਰਤ ਨੂੰ ਦੇਖਦੇ ਹੋ ਤਾਂ ਉਸ ਸਮੇਂ ਇੰਡੀਆ ਦੂਜੇ ਦੇਸ਼ਾਂ ਦੇ ਉੱਪਰ ਅਨਾਜ ਦੇ ਲਈ ਕਾਫੀ ਜ਼ਿਆਦਾ ਨਿਰਭਰ ਹੁੰਦਾ ਸੀ। ਉਸ ਸਮੇਂ ਦੇ ਲੀਡਰਾਂ ਨੇ ਸੋਚਿਆ ਕਿ ਸਾਡੇ ਕੋਲ ਇੰਨੀ ਜ਼ਮੀਨ ਹੈ ਤੇ ਅਸੀਂ ਕੀ ਕਰੀਏ ਜਿਸ ਦੇ ਨਾਲ ਅਸੀਂ ਇੰਡੀਆ ਦੀ ਪੈਦਾਵਾਰ ਨੂੰ ਵਧਾ ਸਕੀਏ। ਉਸ ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਨੂੰ ਕਿਹਾ ਕਿ ਜੇਕਰ ਤੁਹਾਨੂੰ ਫਸਲ ਪੈਦਾ ਕਰਨ ਦੇ ਲਈ ਫਰਟੀਲਾਈਜ਼ਰ ਚਾਹੀਦੇ ਨੇ ਤਾਂ ਅਸੀਂ ਤੁਹਾਨੂੰ ਉਹ ਸਬਸਿਡੀ ਦੇ ਉੱਪਰ ਦਵਾਂਗੇ, ਜੇਕਰ ਤੁਹਾਡਾ ਕਣਕ ਝੋਨਾ ਨਹੀਂ ਵਿਕ ਰਿਹਾ ਤਾਂ ਅਸੀਂ ਉਸ ਨੂੰ ਖਰੀਦਾਂਗੇ, ਅਸੀਂ ਤੁਹਾਨੂੰ ਉਸ ਦੇ ਉੱਪਰ ਪੱਕੀ MSP ਦੇਵਾਂਗੇ। 1990 ਦੇ ਵਿੱਚ ਤਾਂ ਇਹ ਤੱਕ ਕਹਿ ਦਿੱਤਾ ਗਿਆ ਕਿ ਜੇਕਰ ਤੁਸੀਂ ਟਿਊਬਵੈਲ ਪੰਪ ਚਲਾਉਂਦੇ ਹੋ ਤਾਂ ਅਸੀਂ ਤੁਹਾਨੂੰ ਉਸ ਦੇ ਉੱਪਰ ਵੀ ਸਬਸਿਡੀ ਦੇਵਾਂਗੇ। ਉਸ ਸਮੇਂ ਦੀ ਸਰਕਾਰ ਨੇ ਕਿਸਾਨਾਂ ਨੂੰ ਕਿਹਾ ਕਿ ਤੁਸੀਂ ਸਿਰਫ ਜ਼ਮੀਨ ਦੀ ਪੈਦਾਵਾਰ ਵਧਾਓ, ਉਸ ਦੇ ਲਈ ਤੁਹਾਨੂੰ ਕੁਝ ਵੀ ਚਾਹੀਦਾ ਹੋਵੇਗਾ ਉਹ ਅਸੀਂ ਤੁਹਾਨੂੰ ਲੈ ਕੇ ਦੇਵਾਂਗੇ, ਬਸ ਕਿਸੇ ਤਰ੍ਹਾਂ ਦੇ ਨਾਲ ਤੁਸੀਂ ਇੱਥੋਂ ਬਹੁਤ ਜ਼ਿਆਦਾ ਅਨਾਜ ਪੈਦਾ ਕਰਨ ਲੱਗ ਜਾਓ। ਇਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੇ ਇੰਨੀ ਜ਼ਿਆਦਾ ਰੇਹਾਂ ਸਪਰੇਹਾਂ ਦੀ ਵਰਤੋਂ ਕੀਤੀ ਜਿਸ ਦੇ ਨਾਲ ਪੂਰੇ ਇੰਡੀਆ ਦੀ ਬਹੁਤ ਜ਼ਿਆਦਾ ਫਸਲਾਂ ਦੀ ਪੈਦਾਵਾਰ ਵਧ ਗਈ, ਤੇ ਜਿਹੜਾ ਇੰਡੀਆ ਕੁਝ ਕੁ ਸਾਲ ਪਹਿਲਾਂ ਦੂਜੇ ਦੇਸ਼ਾਂ ਤੋਂ ਕਣਕ ਅਤੇ ਝੋਨਾ ਖਰੀਦ ਰਿਹਾ ਸੀ, ਅੱਜ ਉਹੀ ਇੰਡੀਆ ਦੂਜੇ ਦੇਸ਼ਾਂ ਨੂੰ ਕਣਕ ਅਤੇ ਝੋਨਾ ਵੇਚ ਰਿਹਾ ਸੀ। ਤੇ ਜੇਕਰ ਆਪਾਂ ਅੱਜ ਦੇ ਸਮੇਂ ਦੇਖੀਏ ਤਾਂ ਕਿਸਾਨਾਂ ਨੇ ਆਪਣੀ ਪੈਦਾਵਾਰ ਨੂੰ ਇੰਨਾ ਜ਼ਿਆਦਾ ਵਧਾ ਲਿਆ ਹੈ ਕਿ ਸਰਕਾਰਾਂ ਦੇ ਕੋਲ ਕਿਸਾਨਾਂ ਵੱਲੋਂ ਪੈਦਾ ਕੀਤੀ ਗਈ ਫਸਲ ਨੂੰ ਰੱਖਣ ਦੇ ਲਈ ਸਟੋਰੇਜ ਤੱਕ ਵੀ ਨਹੀਂ ਹੈ। ਕਿਸਾਨਾਂ ਨੇ ਜਿਹੜਾ ਉਸ ਸਮੇਂ ਇੰਡੀਆ ਦਾ ਢਿੱਡ ਭਰਿਆ ਉਸ ਦੇ ਲਈ ਤਾਂ ਉਹਨਾਂ ਨੂੰ ਸਲੂਟ ਕਰਨਾ ਬਣਦਾ ਹੈ, ਪਰ ਇੱਥੇ ਕਿਸਾਨ ਇੱਕ ਬਹੁਤ ਵੱਡੇ ਚੱਕਰ ਵਿਊ ਦੇ ਵਿੱਚ ਵੀ ਫਸ ਗਿਆ। ਸਰਕਾਰ ਨੇ MSP ਤੇ ਕਣਕ ਅਤੇ ਚਾਵਲ ਖਰੀਦਣੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਨੇ ਕਿਸਾਨਾਂ ਨੂੰ ਫਰਟੀਲਾਈਜ਼ਰ ਦੇ ਉੱਤੇ ਵੀ ਸਬਸਿਡੀ ਦੇਣੀ ਸ਼ੁਰੂ ਕਰ ਦਿੱਤੀ ਤੇ ਸਰਕਾਰ ਨੇ ਕਿਸਾਨਾਂ ਨੂੰ ਸਬਮਰਸੀਬਲ ਦੀ ਜਿਹੜੀ ਉਹ ਬਿਜਲੀ ਵਰਤਦੇ ਸਨ ਉਸ ਦੇ ਉੱਪਰ ਵੀ ਸਬਸਿਡੀ ਦਿੱਤੀ। ਸਰਕਾਰ ਹੁਣ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਉੱਪਰ MSP ਦੇ ਰਹੀ ਸੀ, ਜਾਨੀ
ਯਾਨੀ ਕਿ ਉਹਨਾਂ ਨੂੰ ਇੱਕ ਫਿਕਸ ਰੇਟ ਦੇ ਉੱਪਰ ਖਰੀਦ ਰਹੀ ਸੀ। ਕਿਸਾਨ ਵੀ ਉਹਨਾਂ ਫਸਲਾਂ ਨੂੰ ਹੀ ਬਾਰ ਬਾਰ ਬੀਜ ਰਿਹਾ ਸੀ ਜਿਸ ਦੇ ਉੱਪਰ ਉਸ ਨੂੰ ਇੱਕ ਫਿਕਸ ਰੇਟ ਯਾਨੀ ਕਿ MSP ਮਿਲ ਰਹੀ ਸੀ ਤੇ ਬਾਰ ਬਾਰ ਇੱਕ ਤਰ੍ਹਾਂ ਦੀਆਂ ਫਸਲਾਂ ਨੂੰ ਹੀ ਬੀਜਣ ਦੇ ਨਾਲ ਕਿਸਾਨ ਦੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਸੀ ਉਹ ਹੌਲੀ ਹੌਲੀ ਘਟਣ ਲੱਗ ਗਈ। ਇਸ ਦੇ ਪਿੱਛੇ ਕਿਸਾਨ ਵੀ ਫਸਿਆ ਹੋਇਆ ਸੀ ਕਿਉਂਕਿ ਇੱਕ ਫਸਲ ਨੂੰ ਉਗਾਉਣ ਦੇ ਵਿੱਚ ਬਹੁਤ ਜ਼ਿਆਦਾ ਖਰਚਾ ਹੋ ਜਾਂਦਾ ਹੈ ਤੇ ਅੱਗੇ ਜਾ ਕੇ ਜੇਕਰ ਉਸ ਦੇ ਉੱਪਰ ਕੋਈ ਫਿਕਸ MSP ਨਾ ਹੋਵੇ ਤਾਂ ਕਿਸਾਨ ਨੂੰ ਬਹੁਤ ਜ਼ਿਆਦਾ ਘਾਟਾ ਪੈਂਦਾ ਹੈ। ਇਸ ਕਰਕੇ ਬਾਰ ਬਾਰ ਕਿਸਾਨਾਂ ਨੇ ਵੀ ਕਣਕ ਤੇ ਝੋਨੇ ਨੂੰ ਰਿਪੀਟ ਕਰਨਾ ਜਾਰੀ ਰੱਖਿਆ ਤੇ ਪਿਛਲੇ 30 ਤੋਂ 50 ਸਾਲਾਂ ਦੇ ਵਿੱਚ ਪੰਜਾਬ ਦੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਹੈ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਥੱਲੇ ਨੂੰ ਘਟੀ ਹੈ ਤੇ ਪੰਜਾਬ ਦੀਆਂ ਫਸਲਾਂ ਦੇ ਵਿੱਚ ਨਿਊਟ੍ਰੈਂਟ ਵੀ ਬਹੁਤ ਘੱਟ ਹੁੰਦੇ ਨੇ ਤੇ ਲਗਾਤਾਰ ਫਸਲਾਂ ਦੇ ਉੱਪਰ ਇੰਨੇ ਜ਼ਿਆਦਾ ਫਰਟੀਲਾਈਜ਼ਰ ਵਰਤਣ ਦੇ ਨਾਲ ਇਹਨਾਂ ਦੇ ਵਿੱਚ ਕੈਂਸਰ ਦੇ ਐਲੀਮੈਂਟ ਵੀ ਵੱਧ ਰਹੇ ਨੇ ਤੇ ਕਿਸਾਨ ਵੀ ਸਰਕਾਰਾਂ ਵੱਲੋਂ ਵਿਛਾਏ ਗਏ ਇਸ ਚੱਕਰਵਿਊ ਦੇ ਵਿੱਚ ਇੰਨੇ ਬੁਰੀ ਤਰ੍ਹਾਂ ਦੇ ਨਾਲ ਫਸ ਚੁੱਕੇ ਨੇ ਕਿ ਉਹਨਾਂ ਨੂੰ ਵੀ ਹੁਣ ਇਸ ਦੇ ਵਿੱਚੋਂ ਬਾਹਰ ਨਿਕਲਣ ਦਾ ਕੋਈ ਰਸਤਾ ਨਹੀਂ ਮਿਲ ਰਿਹਾ। ਇਸ ਜੀ ਪੰਜਾਬ ਦੇ ਪਾਣੀ ਦੇ ਘੱਟ ਰਹੇ ਪੱਧਰ ਦੇ ਨਾਲ ਜੁੜੇ ਹੋਏ ਕੁਝ ਮੁੱਦੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋ TV ਨੂੰ ਜ਼ਰੂਰ ਸਬਸਕ੍ਰਾਈਬ ਕਰਨਾ। ਧੰਨਵਾਦ।